ਕਹਿੰਦੇ ਚਾਰ ਦੋਸਤ ਕਿਸੇ ਜੰਗਲ ਦੇ ਵਿੱਚ ਜਾ ਰਹੇ ਸੀ, ਜਿਵੇਂ ਆਪਾਂ ਆਮ ਚਲੇ ਜਾਂਦੇ ਹਾਂ ਘੁੰਮਣ ਫਿਰਨ ਸੈਰ ਕਰਨ ਕਹਿੰਦੇ ਜਾ ਰਹੇ ਸੀ। ਅਤੇ ਕੀ ਹੋਇਆ, ਅੱਗੇ ਉਹਨਾਂ ਨੂੰ ਨਾ ਇੱਕ ਮੋਹਰਾਂ ਦੀ ਥੈਲੀ ਲੱਭ ਗਈ, ਚਾਰਾਂ ਨੂੰ ਮੋਹਰਾਂ ਦੀ ਥੈਲੀ, ਸੋਨੇ ਦੀਆਂ ਮੋਹਰਾਂ। ਜਿਸ ਵੇਲੇ ਥੈਲੀ ਲੱਭ ਗਈ ਤਾਂ ਉਸ ਵੇਲੇ ਦੇਖਿਆ ਉਹਨਾਂ ਨੇ ਵੀ ਹਾਂ ਖੋਲ੍ਹ ਕੇ ਦੇਖ ਲਈ ਸੋਨੇ ਦੀਆਂ ਮੋਹਰਾਂ, ਬਣ ਗਈ ਗੱਲ। ਅਤੇ ਚਾਰੇ ਜਾਣੇ ਕਹਿੰਦੇ ਵੀ ਆਹ ਬਣ ਗਈ ਗੱਲ, ਕਹਿੰਦੇ ਫਿਰ ਵੰਡ ਲੱਗੇ। ਉਹ ਕਹਿੰਦੇ ਕੋਈ ਨਹੀਂ ਵੰਡ ਲੈਂਦੇ, ਅਤੇ ਐਂ ਕਰੋ ਪਹਿਲਾਂ ਕੁਝ ਖਾਈਏ ਪੀਏ ਕਰਾਂ ਪਹਿਲਾਂ ਵਧੀਆ ਜਿਹਾ ਬਣ, ਅਤੇ ਉਦੋਂ ਬਾਅਦ ਵੰਡ ਕੇ ਫਿਰ ਮੁੜਾਉਣੀ ਭਰਾ। ਲਓ ਜੀ ਕੀ ਹੋਇਆ, ਉਹਦੇ ਵਿੱਚੋਂ ਹੀ ਕਹਿ ਲਓ ਕੁਝ ਮੋਹਰਾਂ ਕੱਢ ਕੇ ਉਹਨਾਂ ਨੂੰ ਦੇ ਤੀਆਂ, ਲਿਆਓ ਵਧੀਆ ਟੋਪ ਦਾ ਲਿਆਓ, ਤਾਂ ਤੇ ਅਸੀਂ ਇੱਥੇ ਬੈਠੇ ਹਾਂ, ਤੁਸੀਂ ਲੈ ਆਓ, ਰਲ ਮਿਲ ਕੇ ਛਕਾਂਗੇ, ਖਾਵਾਂ ਪੀਵਾਂਗੇ, ਅਤੇ ਫਿਰ ਵੰਡ ਕੇ ਘਰਾਂ ਨੂੰ ਚੱਲਾਂਗੇ, ਬਸ ਗੱਲ ਹੀ ਬਣ ਗਿਆ। ਤਾਂ ਲਓ ਜੀ ਕੀ ਹੋਇਆ, ਦੋ ਨੂੰ ਭੇਜਤਾ ਕੁਝ ਮੋਹਰਾਂ ਦੇ ਕੇ, ਉਹਦੇ ਵਿੱਚੋਂ ਹੀ ਆ ਗਏ ਬਾਜ਼ਾਰ ਦੇ ਵਿੱਚ, ਉਹ ਆ ਕੇ ਦੋ ਦੋ ਰਹਿ ਗਏ ਉੱਥੇ ਰਾਖੀ ਬੈਠੇ, ਦੋ ਉੱਥੇ ਜੋ ਦੋ ਆ ਗਏ ਬਾਜ਼ਾਰ ਦੇ ਵਿੱਚ, ਦੋਨੇ ਚੁੱਪ ਜੇ ਹੈ, ਅਤੇ ਇੱਕ ਦੂਜੇ ਨੂੰ ਕਹਿੰਦਾ ਮੈਨੂੰ ਇੱਕ ਨਾ ਖਿਆਲ ਜਿਹਾ ਆਈ ਜਾਂਦਾ, ਜੇ ਮੈਂ ਤੈਨੂੰ ਦੱਸਾਂ, ਤੂੰ ਗਾਹਾਂ ਤਾਂ ਨਹੀਂ ਦੱਸਦਾ ਕਿਸੇ ਨੇ? ਉਹ ਕਹਿੰਦਾ ਨਾ, ਬਚਨ ਹੋਇਆ ਤੇਰੇ। ਕਹਿੰਦਾ ਤੂੰ ਦੱਸ ਪਹਿਲਾਂ, ਖਿਆਲ ਤੱਕ ਮੈਨੂੰ ਵੀ ਆਈ ਜਾਂਦਾ, ਪਹਿਲਾਂ ਤੂੰ ਦੱਸ। ਕਹਿੰਦੇ ਠੀਕ ਹੈ। ਉਹਦੇ ਕੋਲ ਜੇ ਹੋ ਕੇ ਪੁੱਛ ਕੇ ਕਹਿੰਦਾ ਮੈਨੂੰ ਐਂ ਜੇ ਖਿਆਲ ਆਉਂਦਾ, ਜੇ ਆਪਾਂ ਨਾ ਦੋਨੇ ਹੀ ਹੋਈਏ, ਅੱਧੇ ਅੱਧੀਆਂ ਆ ਜਾਣਗੀਆਂ, ਅੱਧੀਆਂ ਕਿੱਥੇ, ਚਾਰ ਹਿੱਸੇ ਪੈਣਗੇ, ਦੇਖੋ ਆਪਾਂ ਦੋਨੇ ਹੋਈਏ। ਕਹਿੰਦੇ ਹਾਂ, ਫਿਰ ਕਿਵੇਂ ਕਰੀਏ? ਕਹਿੰਦੇ ਆਪਾਂ ਛਕ ਲੈਂਦੇ ਹਾਂ ਪਹਿਲਾਂ ਇੱਥੋਂ, ਠੀਕ ਹੈ, ਉਹਨਾਂ ਵਾਸਤੇ ਜੋ ਲਿਜਾਵਾਂਗੇ ਵਿੱਚ ਜ਼ਹਿਰ ਪਾ ਕੇ ਲੈ ਚੱਲਦੇ ਹਾਂ, ਜ਼ਹਿਰ ਪਾ ਕੇ ਲੈ ਚੱਲਦੇ ਹਾਂ, ਦੋਨਾਂ ਦਾ ਕੰਮ ਖਤਮ, ਆਪਣੀ ਅੱਧੀ ਅੱਧੀ, ਕਿੱਥੇ ਚਾਰ ਹਿੱਸੇ ਪੈਣਗੇ, ਕਿੱਥੇ ਅੱਧੋ ਅੱਧ, ਕਹਾਣੀ ਹੈ ਯਾਦ ਰੱਖਿਓ, ਪਰ ਵਰਤਦੀ ਇਹੀ ਹੈ, ਬਹੁਤ ਥਾਵਾਂ 'ਤੇ ਵਰਤੀਆਂ ਵੀ ਹੈ। ਲਓ ਜੀ ਇੱਦਾਂ ਹੀ ਕੀਤਾ ਉਹਨਾਂ ਨੇ, ਗੱਲ ਮਕਾਓ, ਆਪ ਉੱਥੇ ਛਕ ਲਿਆ ਜੋ ਛਕਣਾ ਸੀ ਵਧੀਆ, ਅਤੇ ਉਹਨਾਂ ਵਾਸਤੇ ਜੋ ਲੈ ਕੇ ਆਏ ਜ਼ਹਿਰ ਪਾ ਲਿਆ। ਆਉਂਦੇ ਉਹ ਤਾਂ ਆਉਂਦੇ ਉੱਧਰੋਂ, ਇੱਧਰ ਆ ਜਿਹੜੇ ਦੋ ਬੈਠੇ ਸੀਗੇ ਚੁੱਪ ਜੇ ਕਰੇ ਬੈਠੇ, ਇੱਕ ਬੋਲ ਪਿਆ, ਕਹਿੰਦਾ ਜਾਂ ਤੈਨੂੰ ਇੱਕ ਗੱਲ ਦੱਸਾਂ ਜੀ, ਮੇਰੇ ਖਿਆਲ 'ਚ ਆਈ ਜਾਂਦਾ। ਕਹਿੰਦਾ ਦੱਸ। ਕਹਿੰਦੇ ਗਾਹਾਂ ਤਾਂ ਨਹੀਂ ਗੱਲ ਕਰਦਾ? ਨਹੀਂ, ਕਹਿੰਦੇ ਖਿਆਲ ਮੈਨੂੰ ਵੀ ਆਉਂਦਾ, ਪਰ ਤੂੰ ਪਹਿਲਾਂ ਆਪਦੇ ਰਾਹ ਦੱਸ ਦੇ, ਖਿਆਲ ਇੱਕੋ ਸੀ। ਕਹਿੰਦਾ ਆਏ ਜੇ ਖਿਆਲ 'ਚ ਬਣਦਾ ਵੀ ਜਦੋਂ ਆਏ ਨਾ, ਆਏ ਆ ਕੇ ਖਾਣ ਪੀਣ ਵਾਸਤੇ ਲੈ ਕੇ ਰੱਖਣ ਲੱਗੇ, ਕਹਿੰਦਾ ਕਦੇ ਤੂੰ ਧਰਦੀ ਸਿਰ 'ਚ ਤਲੈਂਬੜ, ਕਦੇ ਮੈਂ ਧਰ ਦੂੰ, ਕਹਿੰਦਾ ਅੱਧੀ ਅੱਧੀ ਆਪਣੀ, ਚਾਰ ਹਿੱਸੇ ਪੈਣਗੇ, ਕਿੱਥੇ ਆਪਣੇ ਦੋਨਾਂ ਕੋਲ ਰਹਿ ਜੂ। ਉਹ ਕਹਿੰਦੇ ਕਿੱਥੇ ਆਪਣੇ ਦੋਨਾਂ ਕੋਲ ਰਹਿ ਜੂ, ਕਿੱਥੇ ਚਾਰ ਹਿੱਸੇ ਪੈਣਗੇ, ਕਹਿੰਦੇ ਕਦੇ ਤੂੰ ਧਰਦੀ ਕਦੇ ਮੈਂ ਧਰ ਦੂੰ, ਬਸ ਬਣ ਗਈ ਗੱਲ। ਕਹਿੰਦੇ ਠੀਕ ਹੈ। ਉਹਨਾਂ ਨੇ ਗਾਹਾਂ ਟੰਬੇ ਰੱਖ ਲਏ ਕੜਕੇ, ਉਹ ਟੰਬੇ ਘੜੀ ਬੈਠੇ ਹੁਣ ਇੱਧਰਲੇ ਜ਼ਹਿਰ ਪਾਈ ਲਈ ਆਉਂਦੇ, ਸਮਝ ਗਏ? ਲਓ ਜੀ ਕੀ ਹੋਇਆ, ਹੁਣ ਜਿਸ ਵੇਲੇ ਆ ਗਏ, ਹੁਣ ਇਹ ਤਾਂ ਜ਼ਹਿਰ ਪਾਈ ਲਈ ਆਉਂਦੇ ਵੀ ਜ਼ਹਿਰ ਪਾ ਮਰ ਜਾਣਗੇ ਖਾ ਕੇ, ਆਪਣੀ ਅੱਧੋ ਅੱਧੀ ਉਹਨਾਂ ਨੇ ਪਹਿਲੀ ਟੰਬੇ ਰੱਖਿਆ ਕੜਾ ਕੇ ਵੀ ਆਉਂਦੇ ਨੇ ਧਰ ਦਿਆਂਗੇ, ਕਿਤੇ ਆਪਣੀ ਅੱਧੋ ਅੱਧੀ। ਕੀ ਹੋਇਆ, ਪਹੁੰਚ ਗਏ ਉਹਨਾਂ ਨੇ ਦੋਨਾਂ ਦੇ ਕੇ ਇੱਕ ਧਰਤਾ ਸਿਰ 'ਚ ਟੰਬਾ, ਦੋਨਾਂ ਦਾ ਕੰਮ ਖਤਮ। ਕਹਿੰਦੇ ਗੱਲ ਬਣ ਗਈ, ਅੱਧੋ ਅੱਧੀ ਨਿਬੜਿਆ, ਦੋ ਹਿੱਸੇਦਾਰਾਂ ਦਾ ਕੰਮ ਤਾਂ ਨਿਬੜ ਗਿਆ ਨਾ, ਅੱਧੋ ਅੱਧੀ ਰਹਿ ਗਈ ਹੁਣ। ਕਹਿੰਦੇ ਲਓ ਵੀ ਆਹ, ਕਹਿੰਦੇ ਵਧੀਆ ਚੀਜ਼ਾਂ ਲਿਆ ਕੇ ਛਕਣ ਵਾਸਤੇ, ਆ ਵਧੀਆ ਛਕੋ ਆਰਾਮ ਨਾਲ। ਕਹਿੰਦੇ ਫਿਰ ਅੱਧੋ ਅੱਧੀ ਵੰਡ ਕੇ ਚੱਲਦੇ ਹਾਂ, ਉਹਨਾਂ ਨੂੰ ਕੀ ਪਤਾ ਸੀ ਹੁਣ। ਲਓ ਜੀ ਗੱਲ ਮੁੱਕੀ, ਉਹਨਾਂ ਨੇ ਖਾਣਾ ਖਾ ਲਿਆ ਜਿਹਦੇ ਵਿੱਚ ਜ਼ਹਿਰ ਪਾਈ ਸੀ ਦੋਨੇ, ਉਹਨਾਂ ਦਾ ਕੰਮ ਖਤਮ।
ਚਾਰੇ ਮਰੇ ਪਏ ਆ ਕੋਲੇ, ਮੋਹਰਾਂ ਵਾਲੀ ਥੈਲੀ ਪਈ ਹੈ, ਬੋਲੋ ਸਤਨਾਮ, ਮੋਹਰਾਂ ਵਾਲੀ ਥੈਲੀ ਕੋਲੇ ਪਈ ਆ, ਉਹ ਚਾਰੇ ਮਰੇ ਪਏ ਆ, ਇਹ ਚੰਦਰੀ ਕਿਸੇ ਦੀ ਨਾ ਬਣੀ, ਕੁੜਿੱਕੀ ਚਾਰ ਨੂੰ ਲਾ ਗਈ, ਬੋਲੋ ਸਤਨਾਮ। ਹੁਣ ਸਮਝ ਆ ਗਿਆ ਨਾ ਵੀ ਕਿੱਦਾਂ ਵਿਹਾਰ ਨਾਲ ਨਹੀਂ ਛੂਟਾ ਗਏ ਹੋਦਾ ਬਾਣੀ ਦੇ ਅਰਥ, ਕਿਉਂਕਿ ਕਈ ਵਾਰੀ ਇੱਦਾਂ ਸਾਖੀਆਂ ਨੇ ਵੱਧ ਖੁੱਲ੍ਹ ਜਾਂਦੇ ਆ। ਹੁਣ ਦੁਬਾਰੇ ਪੜ੍ਹਿਓ ਵੀ ਐਂ ਕਰਦੀ ਹੈ ਇਹ, ਜਿਉਂ ਨਲ ਨਹੀਂ ਸੂਟਾਂ ਗਏ ਹੋ ਮਨ ਬੌਰਾ ਰੇ, ਮਾਇਆ ਇਹ ਵਿਵਹਾਰ, ਕਹਿੰਦੇ ਇੱਦਾਂ ਵਿਵਹਾਰ ਹੈ, ਇੱਦਾਂ ਕੁੜਿੱਕੀ ਲੱਗਦੀ ਆ।